ਆਬਾਦ ਰਹੋ, ਵਸਦੇ ਰਹੋ, ਜ਼ਿਕਰ ਨਸੀਬ ਹੋਵੇ। ਮਾਸ਼ਾਅੱਲਾ, ਬੜਾ ਖੂਬਸੂਰਤ ਅੰਦਾਜ਼ ਹੈ ਸੁਣਨ ਦਾ। ਅਗਰ ਇਜਾਜ਼ਤ ਦਿਓ ਤਾਂ ਮੀਰ ਤਕੱਲਮ ਦਾ ਕਲਾਮ ਹੈ, ਔਰ ਇਹ ਜ਼ਰੂਰ ਹੈ ਕਿ ਮੈਂ ਪਹਿਲੇ ਆਖਿਆ ਕਿ ਇੱਕ ਅੰਦਾਜ਼ ਹੈ ਕਲਾਮ ਪਹੁੰਚਾਉਣ ਦਾ। ਕੁਝ ਕਲਾਮ ਐਸੇ ਨੇ ਜਿਹੜਾ ਮੈਂ ਲੈ ਕੇ ਉਹਨਾਂ ਨੂੰ ਸੁਰ ਦਾ ਲਿਬਾਸ ਵੀ ਆਪ ਪਵਾਏ। ਇਹ ਮੁਸ਼ਕਿਲ ਨਹੀਂ, ਬਹੁਤ ਮੁਸ਼ਕਿਲ ਕੰਮ ਹੈ। ਠੀਕ ਹੈ, ਤੋ ਕਿਉਂਕਿ ਅਸਾਂ ਕਸੀਦਾ ਸ਼ੁਰੂ ਕਰਦੇ ਹਾਂ ਨਾ, ਅਤੇ ਬੰਦੇ ਇਸ਼ਾਰੇ ਸ਼ੁਰੂ ਕਰ ਦਿੰਦੇ ਨੇ, ਇਹ ਉਹਦੇ 'ਤੇ ਹੀ। ਮੈਂ ਪੂਰੇ ਪਾਕਿਸਤਾਨ 'ਚ ਆਖਿਆ ਕਿ ਲੱਖ ਰੁਪਇਆ ਦੇਸਾਂ, ਜਿਹੜਾ ਦੱਸੇਗਾ ਇਹ ਕਿਹਦੇ 'ਤੇ। ਅਤੇ ਇਹ ਤੁਹਾਡੇ ਨੌਕਰ 'ਤੇ ਹੀ ਹੈ। ਅਲਹਮਦੁਲਿਲਾ, ਥੋੜ੍ਹੀ ਜਿਹੀ ਮਿਹਨਤ ਕੀਤੀ ਹੈ ਤੋ ਇਸ ਪਾਸੇ ਵੀ ਰੁਝਾਨ ਕੀਤਾ ਹੈ। ਮੀਰ ਤਕੱਲਮ ਸਾਹਿਬ ਦਾ ਕਲਾਮ ਹੈ ਜਿਹੜਾ ਮੈਂ ਥੋੜ੍ਹਾ ਜਿਹਾ ਤੁਹਾਡੀ ਨਜ਼ਰ ਕਰ ਲਾਂਗਾ। ਜਨਾਬ ਫਾਤਿਮਾ ਜ਼ਹਰਾ ਤੁਮਹਾਰੇ ਆਨੇ ਸੇ, ਜਨਾਬ ਫਾਤਿਮਾ ਜ਼ਹਰਾ ਤੁਮਹਾਰੇ ਆਨੇ ਸੇ, ਅਮੀਰ ਖਾਨਾ ਹੁਆ ਫਿਰ ਗਰੀਬ ਖਾਨੇ ਸੇ, ਜਨਾਬ ਫਾਤਿਮਾ ਜ਼ਹਰਾ ਤੁਮਹਾਰੇ ਆਨੇ ਸੇ। ਆਨੇ ਸੇ ਖਾਨੇ ਸੇ, ਤੁਮਹਾਰੇ ਆਨੇ ਸੇ ਗਰੀਬ ਖਾਨੇ ਸੇ। ਤੌਜ਼ੀ ਨਹੀਂ ਤਸ਼ਰੀ ਨਹੀਂ, ਬਹੁਤ ਬੜਾ ਸ਼ੇਰ। ਦਰੇ ਬਤੂਲ ਪੈ ਇਸਲਾਮ ਦੇ ਰਹਾ ਹੈ ਸਦਾ, ਪਾਕ ਮਿੰਬਰ ਦੀ ਇੱਜ਼ਤ ਦੀ ਕਸਮ ਹੈ, ਜਿਹੜਾ ਬੰਦਾ ਇੱਕ ਮਹੀਨੇ ਵਾਸਤੇ ਵੀ ਸਕੂਲ ਗਿਆ ਹੈ ਨਾ, ਉਹਦੀ ਸਮਝ ਤਾਂ ਬੜੀ ਅੱਛੇ ਤਰੀਕੇ ਨਾਲ ਆ ਸੀ ਕਿ ਮੈਂ ਕਿਆ ਪੜ੍ਹਦਾ ਪਿਆ। ਦਰੇ ਬਤੂਲ ਪੈ ਇਸਲਾਮ ਦੇ ਰਹਾ ਹੈ ਸਦਾ, ਹੁਸੈਨ ਚਾਹੀਏ ਬੀਬੀ ਤੇਰੇ ਖਜ਼ਾ, ਪਾਕ ਮਿੰਬਰ ਦੀ ਇੱਜ਼ਤ ਦੀ ਕਸਮ, ਹਫ਼ਤਿਆਂ 'ਚ ਨਹੀਂ ਮਹੀਨਿਆਂ 'ਚ ਨਹੀਂ ਸਾਲਾਂ ਬਾਅਦ ਇਹੋ ਜਿਹੇ ਸ਼ੇਰ ਆਉਂਦੇ ਨੇ। ਇੱਕ ਸਲਵਾਤ ਪੜੋ ਉੱਚੀ ਆਵਾਜ਼, ਸਾਰੇ ਪੜੋ ਸਲਵਾਤ, ਸਾਰੇ ਸਾਰੇ। ਚਲੋ ਹੁਣ ਸਾਰੇ ਪੜੋ ਸਲਵਾਤ। ਮੈਂ ਤੇਰੇ ਵਾਸਤੇ ਖਲੋਤਾ ਹਾਂ, جناب فاطمہ زہرا تمہارے آنے سے امیر خانہ ہوا پھر غریب خانے سے، در بطول پہ اسلام دے رہا ہے صدا، حسین چاہیے بی بی تیرے خزانے سے، آنے سے خانے سے خزانے سے۔ میں کہنا جڑا ایک مہینے واسطے بھی سکول گیا ہے
شیر سنن، میں کہ ہفتیاں چ نہیں سالاں چ آتا آن، بہت بڑا شیر، سمٹ کے ہر کی جبی سے لپٹ گیا کعبہ، میرا بھائی بیٹھے نہید عباس، ایک قرآن لکھا ہے، یہ سر تائی کھڑا لفظ اندر ذکر لکھا ہے، قصائد لکھے ہوئے، ربایات ذکر، اے قرآن سر تے میں کدی کسی نال مقابلہ بنا کے نہیں پڑھ دیا، مقابلہ کشتیاں دا ہوندا ہے، یہ ذکر ہے، یہ اتنا ہی حصہ لکھیا ہوتا ہے جتنا مرشد آدی نے دینا ہے، وہ ہر مولا دے مدہ خان دا حصہ ہوتا ہے، اس واسطے میں کدی مقابلہ نہیں، بھاویں میرے کولو کوئی وڈا ہے کوئی چھوٹا ہے، میں ذکر نو ہمیشہ ذکر سمجھ کے کیتا ہے، تمہارے آنے سے غریب خانے سے تیرے خزانے سے سمٹ کے ہر کی جبی سے لپٹ گیا رومال فاطمہ زہرا کا باندھے جانے سے جناب فاطمہ